ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਸਾਰੇ ਠੀਕ ਠਾਕ ਹੋ? ਅਤੇ ਅੱਜ ਪੈ ਰਿਹਾ ਮੀਂਹ ਅਤੇ ਗਰਮੀ ਵੀ ਹੋਈ ਜੀ। ਮੀਂਹ ਪੈਣ ਨਾਲ ਹਵਾ 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 ਚੱਲਦੀ ਹੈ ਅਤੇ ਮੌਸਮ ਵੀ ਹੈ ਵਧੀਆ ਹੋ ਗਿਆ। ਸਾਨੂੰ ਦਿਖਾਉਂਦੇ ਹਾਂ ਅੱਜ ਮੀਂਹ ਪੈ ਰਿਹਾ ਪੂਰਾ। ਬਾਇਲ ਵੀ ਮੈਨੂੰ ਲੱਗਦਾ ਗਿੱਲਾ ਹੋ ਜਾਣਾ ਜ਼ਿਆਦਾ ਗਾਹ ਨਾ ਹੀ ਜਾਈਏ। ਮੀਂਹ ਪੈਣ ਨਾਲ ਠੰਡਾ ਹੋ ਜਾਂਦਾ ਮੌਸਮ। ਦੋ ਦਿਨ ਤਿੰਨ ਵੈਸੇ ਰਮਾਨ ਨਾਲ ਨਿਕਲ ਜਾਂਦੇ। ਹੁਣ ਆਪਾਂ ਥੱਲੇ ਜਾ ਕੇ ਖਾਂਦੇ ਹਾਂ ਖਰਬੂਜੇ ਮੀਂਹ ਦੇ ਮੌਸਮ ਵਿੱਚ। ਅਤੇ ਆ ਜਾਓ ਫਿਰ ਚੱਲਦੇ ਹਾਂ। ਮੀਂਹ 'ਚ ਫਿਰ ਕੀ ਖਵਾਉਣਾ ਕੀ ਖਵਾਉਣਾ? ਚਾਹ ਨਾ ਪਕੌੜੇ ਕਿ ਖਰਬੂਜੇ? ਥੱਲੇ ਜਾ ਕੇ ਅਤੇ ਲੈ ਗਏ ਆਪਾਂ ਖਰਬੂਜਾ। ਲਓ ਜੀ ਇਹਦੇ ਵਿੱਚ ਕੱਟਿਆ ਖਰਬੂਜਾ। ਖਰਬੂਜਾ ਖਾਵਾਂਗੇ ਹੁਣ ਮੀਂਹ ਦੇ ਮੌਸਮ ਵਿੱਚ। ਜਿਹਨੇ ਜਿਹਨੇ ਖਰਬੂਜਾ ਖਾਣਾ ਆ ਜਾਓ ਖਵਾ ਦਿੰਦੇ ਹਾਂ, ਪਰ ਹੁਣੇ ਆਉਣਾ ਪੈਣਾ। ਪਰ ਵੀਡੀਓ ਤਾਂ ਆਪਣੀ ਬਾਅਦ 'ਚ ਹੀ ਆਉਣੀ, ਤੁਹਾਨੂੰ ਪਤਾ ਹੀ ਆ। ਖਰਬੂਜਿਆਂ ਦੇ ਆਪਾਂ ਕੱਢ ਲਿਆ ਅਤੇ ਲੈ ਲਈਏ ਪਲੇਟਾਂ। ਕੋਲੀਆਂ ਅਤੇ ਹੋਰ ਕੱਪਾਂ ਥੱਲੇ ਅਤੇ ਉੱਪਰ ਜਾ ਕੇ ਖਾਂਦੇ ਹਾਂ। ਲਓ ਜੀ ਪਾਓ ਕੋਲੀਆਂ ਛਕੀਏ। ਹੈਂ ਪੈਰ ਥੋੜ੍ਹੇ ਸਾਰਾ ਕਰੋ ਨਰਮ ਨਰਮ ਪਾਈ ਯਾਰ, ਪੈਰ ਹੀ ਬੜੇ ਵਿਛਾਏ। ਮੀਂਹ ਪੈਣ ਨਾਲ ਠੰਡਾ ਰਹਿਣਾ ਮੌਸਮ। ਖਰਬੂਜਾ ਪਿਆ ਤਰਬੂਜ ਪਿਆ। ਕਿੰਨੇ ਰਹਿ ਗਏ? ਸਵਾਦ ਆ ਮਿੱਠਾ ਖਰਬੂਜਾ। ਕਿੰਨਾ ਕੁ ਮਿੱਠਾ? ਆ ਗਏ ਪ੍ਰਾਹੁਣੇ? ਸਤਿ ਸ਼੍ਰੀ ਅਕਾਲ ਜੀ ਪ੍ਰਾਹੁਣੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਪ੍ਰੋਫੈਸਰ ਸਾਹਿਬ ਠੀਕ ਠਾਕ ਜੀ? ਹੋਰ ਠੀਕ ਠਾਕ ਜੀ? ਦੀਦੀ ਚਾਹ ਪੀ ਰਹੇ?
ਨਹੀਂ ਦੁੱਧ ਪੀ ਰਹੇ ਹੋ ਠੀਕ ਹੈ ਇਹ ਤਾਂ ਚਾਹ ਲੱਗ ਰਹੀ ਹੈ ਦੁੱਧ ਪੱਤੀ ਹੈ ਠੀਕ ਹੈ ਠੀਕ ਵਾਹ ਵਾਹ ਆਲੂ ਕੱਟਣ ਦੇ ਵਲੌਗ ਦੀ ਸ਼ੁਰੂਆਤ ਕੀਤੀ ਹੈ ਬਿਲਕੁਲ ਹੋਰ ਆਏ ਨੀ ਮੰਮੀ ਪਾਪਾ ਨਹੀਂ ਆਏ ਅੱਜ ਫਿਰ ਪ੍ਰਾਹੁਣਿਆਂ ਦੀ ਖੁਸ਼ੀ 'ਚ ਕੀ ਬਣਨ ਲੱਗਿਆ ਪ੍ਰਾਹੁਣੇ ਹੀ ਆ ਕੀ ਬਣਾਉਣ ਲੱਗੇ ਮਾਤਾ ਠੀਕ ਉਹਦਾ ਸਮਾਨ ਕਰਨ ਦੇ ਸਮਾਨ ਆ ਆਲੂ ਬਾਲੇ ਸੀ ਮੈਂ ਚੱਲ ਆਲੂ ਕੱਟ ਕੇ ਠੀਕ ਹੈ ਛੋਲੇ ਵੀ ਬਾਲੇ ਆ ਠੀਕ ਹੈ ਠੀਕ ਹੈ ਅੱਜ ਫਿਰ ਗੋਲ ਗੱਪਾ ਚੈਲੰਜ ਪੂਰੇ ਤੁਹਾਨੂੰ ਬਣਾ ਕੇ ਚੈਲੰਜ ਹੋਊਗਾ ਕਿ ਇੱਦਾਂ ਹੀ ਸਿੰਪਲ ਹੀ ਸਿੰਪਲ ਤਰੀਕੇ ਨਾਲ ਸਿੰਪਲ ਸਿੰਪਲ ਤਰੀਕੇ ਨਾਲ ਬਣਾਉਣਾ ਬਸ ਇੱਕ ਬਾਰ ਗੋਲ ਤੋਂ ਵਿੱਚ ਪੈਸ ਦੋ ਠੀਕ ਹੈ ਜੀਰਾ ਹੈ ਗਸਰੇ ਦੀ ਹੋਈ ਨਾ ਪਿੰਦੇ ਆ ਸਾਰੇ ਕੀ ਦਿਖਾ ਕੇ ਨੇ ਆਉਂਦੇ ਉਹ